ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਜਿਹਦੇ 'ਚ ਅੱਜ ਅਸੀਂ ਗੱਲ ਕਰਾਂਗੇ ਡੇਟਾ ਐਂਟਰੀ ਓਪਰੇਟਰ ਦੀਆਂ ਨਿਕਲੇ ਹੋਏ ਭਰਤੀਆਂ ਦੇ ਬਾਰੇ ਵਿੱਚ। ਇਹ ਗੌਰਮੈਂਟ ਜੋਬ ਹੈ, ਤੁਹਾਨੂੰ ਪੂਰੀ ਡਿਟੇਲ ਦੱਸਾਂਗਾ ਕਿੱਦਾਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ ਹੈ ਔਰ ਐਲੀਜੀਬਿਲਿਟੀ ਕ੍ਰਾਈਟੀਰੀਆ ਕੀ ਰਹੇਗਾ, ਪੂਰੀ ਡਿਟੇਲ 'ਚ ਗੱਲ ਕਰਾਂਗੇ। ਉਸ ਤੋਂ ਪਹਿਲਾਂ ਅਗਰ ਤੁਸੀਂ ਸਾਡੀ ਯੂਟਿਊਬ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਸਬਸਕ੍ਰਾਈਬ ਔਰ ਬੈਲ ਬਟਨ ਨੂੰ ਦਬਾਉਣਾ ਨਾ ਭੁੱਲਣਾ ਔਰ ਸਾਡੀ ਵੈਬਸਾਈਟ www.clory.com 'ਤੇ ਜ਼ਰੂਰ ਵਿਜ਼ਿਟ ਕਰਨਾ, ਜਿਹਦੇ ਵਿੱਚ ਅਸੀਂ ਡੇਲੀ ਬੇਸਿਸ 'ਤੇ ਆਉਣ ਵਾਲੀਆਂ ਗੌਰਮੈਂਟ ਜੋਬ ਦੇ ਰਿਲੇਟਡ ਅਪਡੇਟ ਜਿਹੜੇ ਟਾਈਮ ਟੂ ਟਾਈਮ ਪਾਉਂਦੇ ਰਹਿੰਦੇ ਹਾਂ। ਇਸ ਪੋਸਟ ਤੋਂ ਇਲਾਵਾ ਹੋਰ ਵੀ 3 ਤੋਂ 4 ਪੋਸਟ ਜਿਹੜੀਆਂ ਨੇ ਆਊਟ ਹੋਈਆਂ ਨੇ, ਤੁਸੀਂ ਇੱਕ ਵਾਰੀ ਚੈੱਕ ਕਰਕੇ ਅਪਲਾਈ ਜ਼ਰੂਰ ਕਰਨਾ ਔਰ ਸਾਡੀ ਵੈਬਸਾਈਟ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਆਪਣੀ ਈਮੇਲ ਆਈਡੀ ਫਿਲ ਕਰਕੇ ਸਬਸਕ੍ਰਾਈਬ ਬਟਨ ਦਬਾਉਣਾ, ਜਦੋਂ ਵੀ ਅਸੀਂ ਕੋਈ ਨਵੀਂ ਪੋਸਟ ਪਾਵਾਂਗੇ ਤੁਹਾਨੂੰ ਤੁਹਾਡੀ ਈਮੇਲ ਦੇ ਵਿੱਚ ਨੋਟੀਫਿਕੇਸ਼ਨ ਜਿਹੜਾ ਮਿਲ ਜਾਏਗਾ। ਚਲੋ ਹੁਣ ਗੱਲ ਕਰਦੇ ਹਾਂ, ਅਗਰ ਤੁਸੀਂ ਕਿਸੇ ਵੀ ਗੌਰਮੈਂਟ ਜੋਬ ਦੀ ਤੁਸੀਂ ਤਿਆਰੀ ਕਰ ਰਹੇ ਹੋ, ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਮਿਲ ਜਾਏਗਾ ਤੁਹਾਨੂੰ, ਉੱਥੋਂ ਚੈੱਕ ਕਰਕੇ ਡਾਊਨਲੋਡ ਕਰਕੇ ਤੁਸੀਂ ਤਿਆਰੀ ਕਰ ਸਕਦੇ ਹੋ। ਅਤੇ ਹੁਣ ਜਿਹੜਾ ਨੋਟੀਫਿਕੇਸ਼ਨ ਆਊਟ ਹੋਇਆ, ਇਹ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਅਪਲਾਈ ਮੋਡ ਜਿਹੜਾ ਹੈਗਾ ਉਹ ਆਨਲਾਈਨ ਹੈ, ਪੋਸਟ ਨੇਮ ਜਿਹੜਾ ਹੈ ਉਹ ਡੇਟਾ ਐਂਟਰੀ ਆਪਰੇਟਰ ਹੈ, ਐਪਲੀਕੇਸ਼ਨ ਫੀਸ ਜਿਹੜੀ ਰਹੇਗੀ ਉਹ ਨਿਲ ਰਹੇਗੀ, ਕੋਈ ਵੀ ਨਹੀਂ ਹੈ। ਏਜ ਲਿਮਿਟ ਮਿਨੀਮਮ, ਏਜ ਲਿਮਿਟ ਜਿਹੜੀ ਹੈ ਉਹ 18 ਸਾਲ ਮਿਨੀਮਮ ਹੈ, ਮੈਕਸੀਮਮ 35 ਸਾਲ ਹੈ। ਏਜ ਰਿਲੈਕਸੇਸ਼ਨ ਐਪਲੀਕੇਬਲ ਹੈ ਐਜ ਪਰ ਰੂਲ ਹੈ, ਠੀਕ ਹੈ ਜੀ। ਅਪਲਾਈ ਸਾਰੇ ਇੰਡੀਆ, ਆਲ ਓਵਰ ਇੰਡੀਆ ਦੇ ਕੈਂਡੀਡੇਟ ਜਿਹੜੇ ਇਹਦੇ ਲਈ ਅਪਲਾਈ ਕਰ ਸਕਦੇ ਨੇ, ਠੀਕ ਹੈ ਜੀ। ਸੈਲਰੀ ਜਿਹੜੀ ਰਹੇਗੀ 13,500 ਰਹੇਗੀ। ਇੰਪੋਰਟੈਂਟ ਡੇਟ ਦੀ ਗੱਲ ਕਰ ਲੈਂਦੇ ਹਾਂ, ਅਪਲਾਈ ਆਨਲਾਈਨ ਸਟਾਰਟ ਜਿਹੜਾ 18 ਸਤੰਬਰ 2019 ਤੋਂ ਲੈ ਹੋਏਗਾ, ਲਾਸਟ ਡੇਟ ਜਿਹੜੀ ਹੈ 3 ਅਕਤੂਬਰ 2019 ਹੈ, ਠੀਕ ਹੈ ਜੀ। ਔਰ ਦੱਸਣਾ ਚਾਹਾਂਗਾ, ਇਹਦੇ ਵਿੱਚ ਕੁਆਲੀਫਿਕੇਸ਼ਨ ਜਿਹੜੀ ਹੈ ਉਹ ਮੇਨ ਹੈ, ਉਹਦੇ ਵਿੱਚ +2 ਜਿਹੜੀ ਹੈ 50% ਮਾਰਕਸ ਦੇ ਨਾਲ ਹੋਣੀ ਚਾਹੀਦੀ ਹੈ ਔਰ ਜਾਂ ਫਿਰ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ, ਔਰ ਜਾਂ ਤੁਹਾਡੇ ਕੋਲ ਉਹ ਲੈਵਲ ਦਾ ਜਿਹੜਾ 1 ਈਅਰ ਔਰ 1 ਈਅਰ ਕੰਪਿਊਟਰ ਕੋਰਸ ਜਿਹੜਾ ਹੈ ਉਹ ਹੋਣਾ ਚਾਹੀਦਾ, ਠੀਕ ਹੈ ਜੀ। ਅਗਰ ਤੁਸੀਂ 10th ਕੀਤੀ ਹੈ, 2 ਈਅਰ ਦਾ ਡਿਪਲੋਮਾ ਆਫਿਸ ਮੈਨੇਜਮੈਂਟ ਅਤੇ ਕੰਪਿਊਟਰ ਐਪਲੀਕੇਸ਼ਨ ਦਾ ਹੋਣਾ ਚਾਹੀਦਾ ਹੈ, 3 ਈਅਰ ਡਿਪਲੋਮਾ ਚਾਹੀਦਾ ਹੈ, ਉਹ ਕਿਸੇ ਵੀ BCA BSc ਕੰਪਿਊਟਰ ਸਾਇੰਸ IT ਦੇ ਵਿੱਚ ਹੋਣਾ ਚਾਹੀਦਾ ਹੈ। ਔਰ ਦੱਸਣਾ ਚਾਹਾਂਗਾ, ਹੋਰ ਤੁਸੀਂ ਇੱਕ ਵਾਰੀ ਅਫੀਸ਼ੀਅਲ ਨੋਟੀਫਿਕੇਸ਼ਨ ਜਿਹੜਾ ਉਹ ਰੀਡ ਆਊਟ ਜ਼ਰੂਰ ਕਰ ਲੈਣਾ, ਉਹਨਾਂ ਤੁਹਾਨੂੰ ਪੂਰੀ ਡਿਟੇਲ ਮਿਲ ਜਾਏਗੀ, ਠੀਕ ਹੈ ਜੀ, ਕਿੱਦਾਂ ਅਪਲਾਈ ਕਰਨਾ ਹੈ। ਅਫੀਸ਼ੀਅਲ ਨੋਟੀਫਿਕੇਸ਼ਨ ਜਿਹੜੀ ਲਈ ਕਲਿੱਕ ਕਰਨ ਲਈ ਇੱਥੇ ਕਲਿੱਕ ਕਰੋ, ਔਰ ਆਨਲਾਈਨ ਅਪਲਾਈ ਕਰਨ ਦੇ ਲਈ ਤੁਸੀਂ ਜਿਹੜਾ ਲਿੰਕ ਹੈ ਤੁਹਾਨੂੰ ਦਿੱਤਾ ਹੋਇਆ ਅਤੇ ਕਲਿੱਕ ਕਰਕੇ ਜਿਹੜਾ ਤੁਸੀਂ ਅਪਲਾਈ ਕਰ ਸਕਦੇ ਹੋ, ਠੀਕ ਹੈ ਜੀ। ਔਰ ਦੱਸਣਾ ਚਾਹਾਂਗਾ, ਇਹਨਾਂ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਹਾਰਟਰੋਨ ਦੀ ਹੈ, ਠੀਕ ਹੈ ਜੀ, ਉੱਥੋਂ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਔਰ ਅਪਲਾਈ ਕਰ ਸਕਦੇ ਹੋ। ਜਿਹੜੀ ਆਰਗਨਾਈਜੇਸ਼ਨ ਨੇਮ ਰਹੇਗਾ ਉਹ ਹਾਰਟਰੋਨ ਰਹੇਗਾ। ਹਾਰਟਰੋਨ ਜਿਹੜਾ ਹੈ ਆਲ ਓਵਰ ਇੰਡੀਆ ਤੋਂ ਕੈਂਡੀਡੇਟ ਜਿਹੜੇ ਨੇ ਇਹਦੇ ਲਈ ਅਪਲਾਈ ਕਰ ਸਕਦੇ ਨੇ, ਠੀਕ ਹੈ ਜੀ। ਬਹੁਤ ਹੀ ਵਧੀਆ ਜੋਬ ਹੈ, ਇੱਕ ਵਾਰੀ ਚੈੱਕ ਕਰਕੇ ਅਪਲਾਈ ਜ਼ਰੂਰ ਕਰੋ। ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਇਸ ਵੀਡੀਓ ਨੂੰ। ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ।